हेलो डियर स्टूडेंट्स आई एम लखवेन्द्र सिंह यू आर वाचिंग बेसिक साइंस टुडे वी विल डिस्कस नेक्स्ट टॉपिक ऑफ एलिमेंट्री कनल पैनक्रियाज व्हिच टॉपिक बेटा जी पैनक्रियाज पैनक्रियाज व्हाट इज पैनक्रियाज पैनक्रियाज फर्स्ट ऑफ ऑल यू कैन नोटिस बेटा जी दे इंपोर्टेंट जेडे इंपोर्टेंट पॉइंट्स हैगे यू कैन डिस्कस नाउ विद मी फर्स्ट पॉइंट इट इज अ सॉफर्ट it is a soft pinkish color pinkish color second point it is length it is length developed to 15 centimeter long third point it is wide 2.5 centimeter it is wide 2.5 centimeter it is body is divided into head body and tail it is body is divided into head body and tail it is present in c shaped c shaped duodenum ड्यूडीन है बेटा जो सी शेप डिमी है प्रेजेंट हो ठीक है ना इस बेट गल करिए जे इट इज बेट इज सि ग्रैम ठीक है बेटा जी इट इज बेट इज सिक्सटी ग्राम नाउ वी विरा इट इज डायग्राम वेयर इज लोकेशन ऑफ द पेंक्रीज पेंक्रीज की लोकेशन की है बेटा जी ठीक है ना सब तो पहला ही की आ रही है अपने पास स्टमक तो ड्यूडी आ रही है ठीक है ना स्टमक तो की आ रही है बेटा जी ड्यूडी आ रही है ठीक है ना एक तो इधरों चली जाएगी लीबर के पास ठीक है ना कहाँ चली जाएगी बेटा जी ये लीबर तो आएगी इधर की आ गया स्टमक आ गया इत है ना गया स्टमक ये नीचे ही प्रेजेंट हों लोकेशन भी की है ਜੇ ਅਸੀਂ ਦੇਖਿਆ ਜਾਵੇ ਬਿਲੋ ਦੀ ਸਟਮਕ ਇਟ ਇਜ਼ ਲੋਕੇਸ਼ਨ ਕੀ ਹੈ ਬਿਲੋ ਦੀ ਬਿਲੋ ਸਟਮਕ ਸਟਮਕ ਦੇ ਕੀ ਹੈ ਬੇਟਾ ਜੀ ਹੈ نیچے ਹੈ ਠੀਕ ਹੈ ਨਾ ਇੱਥੇ ਜਿਹੜੀ ਇਹਦੀ ਲੋਕੇਸ਼ਨ ਹੈ ਇੱਥੇ ਇਹਦੀ ਲੋਕੇਸ਼ਨ ਜਿਹੜੀ ਪ੍ਰੈਜ਼ੈਂਟ ਹੈਗੀ ਹੈ ਪੈਂਕ੍ਰੀਸ ਦੀ ਠੀਕ ਹੈ ਨਾ ਬਿਲੋ ਦੀ ਸਟਮਕ ਆ ਸਟਮਕ ਆ ਗਿਆ ਉੱਪਰ ਇਹਦੀ ਕੀ ਹੈ ਸਟਮਕ ਹੈ ਉੱਪਰ ਕੀ ਹੈ ਬੇਟਾ ਜੀ ਸਟਮਕ ठीक है ना स्टमक के नीचे है एक्सटेंड कितने तक हुई हुई है आई सैड पर की आ गई बेटा जी स्प्लीन आ गई की आ गई बेटा जी स्प्लीन एक्सटेंड अप स्प्लीन ठीक है ना कितने तक जाएगी है स्प्लीन to... तक प्रेजेंट है बेटा जी एक्सटेंड एक्सटेंड कितने तक प्रेजेंट है बेटा जी स्प्लीन तक ही प्रेजेंट है ਇਹਦੀ ਜਿਹੜੀ ਬਾਡੀ ਹੈਗੀ ਐ ਇਹਦੀ ਜਿਹੜੀ ਪੂਰੀ ਦਾ ਪੂਰਾ ਸਟਰਕਚਰ ਹੈਗਾ ਇਟ ਇਜ਼ ਸਟਰਕਚਰਲੀ ਡਿਵਾਈਡਡ ਇਨਟੂ ਸਭ ਤੋਂ ਪਹਿਲਾਂ ਕੀ ਆ ਬੇਟਾ ਜੀ ਹੈਡ ਸੈਂਟਰ ਚ ਕੀ ਆ ਗਿਆ ਬਾਡੀ ਫਿਰ ਕੀ ਆ ਗਿਆ ਬੇਟਾ ਜੀ ਇਹਦੀ ਟੇਲ ਆ ਗਈ ਠੀਕ ਹੈ ਨਾ ਇਹਦੀ ਬਾਡੀ ਜਿਹੜੀ ਡਿਵਾਈਡ ਹੁੰਦੀ ਹੈ ਹੈਡ ਟੇਲ ਐਂਡ ਹੈਡ ਬਾਡੀ ਐਂਡ ਟੇਲ ਜਿਹੜੀ ਡਿਉਟੀਨਮ ਹੈ ਇਹ ਕੀ ਹੈ ਬੇਟਾ ਜੀ ਸੀ ਸ਼ੇਪ ਹੈ ਬਿਲਕੁਲ ਠੀਕ ਹੈ ਨਾ ਇਹਦੀ ਸਟਰਕਚਰ ਕਿਹਦੀ ਵਰਗੀ ਹੈ ਬਿਲਕੁਲ ਸੀ ਸ਼ੇਪ ਹੋ ਗਈ ਹੈ ਠੀਕ ਹੈ ਨਾ ਤਾਂ ਕਰਕੇ ਹੀ ਡਿਉਡਿਨਮ ਪ੍ਰੈਜ਼ੈਂਟ ਇਨ ਸੀ ਸ਼ੇਪ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਹੈ ਇੱਥੇ ਤਾਂ ਕੀ ਹੁੰਦਾ ਸਾਰੇ ਦਾ ਸਾਰਾ ਪੂਰਾ ਕੀਆ ਜਾਂਦਾ ਵੈਸੇ ਹੈੱਡ ਆ ਜਾਂਦਾ ਕਹਦਾ ਡਿਉ ਕਹਿੰਦਾ ਜਾਂਦਾ ਹੈੱਡ ਪੂਰਾ ਪੂਰਾ ਹੈੱਡ ਆ ਜਾਂਦਾ ਕਹਦਾ ਬੇਟਾ ਜੀ ਇਹ ਪੈਂਕਰੀਸ ਦਾ ਪੂਰਾ ਹੈੱਡ ਪ੍ਰੈਜ਼ੈਂਟ ਹੁੰਦਾ ਇੱਥੇ ਠੀਕ ਹੈ ਨਾ ਇਹ ਵੈਸੇ ਥੋੜਾ ਜਾਂ ਆਪਾਂ ਨੇ ਐਕਸਟੈਂਡ ਕਰਕੇ ਦਿਖਾਈ ਗਈ ਹੈ ਵੈਸੇ ਇਹਦਾ ਹੈੱਡ ਹੈ ਬਿਲਕੁਲ ਇਹਦੇ ਵਿੱਚ ਅਟੈਚ ਹੁੰਦਾ ਹੈ ਠੀਕ ਹੈ ਨਾ ਕਾਦੇ ਵਿੱਚ ਡਿਊਟੀ ਨਮ ਦੇ ਵਿੱਚ ਠੀਕ ਹੈ ਨਾ ਨਾਓ ਇਟ ਹੈਜ਼ ਟੂ ਪਾਰਟਸ ਠੀਕ ਹੈ ਨਾ ਦੋ ਤਰ੍ਹਾਂ ਦਾ ਕੰਮ ਕਰਦੀ ਹੈ ਇਹਦੇ ਵਿੱਚ ਕਾਫੀ ਜ਼ਿਆਦੇ ਜਿਹੜੇ ਸੈੱਲ ਹੈਗੇ ਐ ਸਾਨੂੰ ਦੇਖਣ ਨੂੰ ਮਿਲਦੇ ਐ ਥੇਰ ਆਰ ਸੋ ਮੈਨੀ ਸੈਲਸ ਆਰ ਪ੍ਰੈਜ਼ੈਂਟ ਇਨ ਪੈਂਕਰੀਸ ਇਟ ਵਰਕ ਐਜ਼ ਏ ਬੋਥ ਇਹ ਦੋ ਤਰ੍ਹਾਂ ਦਾ ਕੰਮ ਕਰਦੀ ਹੈ ਐਕਸੋਕ੍ਰਾਈਨ ਐਂਡ ਐਂਡੋਕ੍ਰਾਈਨ ਜਿਹੜੇ ਹੈਗੇ ਆ ਇਹ ਵਾਲੇ ਸਭ ਤੋਂ ਪਹਿਲਾਂ ਆਹ ਵਾਲੇ ਸੈੱਲਾਂ ਨੂੰ ਸੀ ਜ਼ੂਮ ਕਰਕੇ ਦੇਖੀਏ ਇਹ ਸੈੱਲ ਸਾਨੂੰ ਦੇਖਣ ਨੂੰ ਮਿਲਣਗੇ ਇਹ ਸੈੱਲਾਂ ਨੂੰ ਕਹਿੰਦੇ ਅਸੀਂ ਲਿਬਿਊਲਸ ਕੀ ਕਹਿੰਨਾ ਬੇਟਾ ਜੀ ਲਿਬਿਊਲਸ ਲਿਬਿਊਲਸ ਨੂੰ ਸੈਂਟੀਫਿਕ ਨੇਮ ਵੀ ਇਹਦਾ ਮਤਲਬ ਸਾਇੰਸ ਦੇ ਵਿੱਚ ਕੀ ਬੋਲਦੇ ਆ ਐਸੀਨਾਈ ਕੀ ਬੋਲਦੇ ਬੇਟਾ ਜੀ ਐਸੀਨਾਈ ਕਿਉਂਕਿ ਜਿਹੜੇ ਇਹਦੇ ਵਿੱਚ ਸੈੱਲ ਪ੍ਰੈਜ਼ੈਂਟ ਹੁੰਦੇ ਆ ਉਹਨਾਂ ਸੈੱਲਾਂ ਨੂੰ ਕੀ ਕਹਿੰਦੇ ਆਪਾਂ ਐਸੀਨਰ ਸੈੱਲ ਬੋਲਿਆ ਜਾਂਦਾ ਹੈ ਠੀਕ ਹੈ ਨਾ ਇਹ ਸਾਰੇ ਦਾ ਸਾਰਾ ਜਿਹੜੀ ਇਹ ਪਾਰਟ ਹੈਗੇ ਇੱਕ ਇਹ ਪਾਰਟ ਟੂ ਪਾਰਟਸ ਹੈਗੇ ਜਿਹੜਾ ਆ ਫਰਸਟ ਪਾਰਟ ਹੈ ਇਟ ਵਰਕ ਐਜ਼ ਏ ਕਾਹਦਾ ਕੰਮ ਕਰਦਾ ਐਕਸੋਕ੍ਰਾਈਨ ਦਾ ਕੰਮ ਕਰਦਾ ਕਾਹਦਾ ਕੰਮ ਕਰਦਾ ਬੇਟਾ ਜੀ ਐਕਸੋਕ੍ਰਾਈਨ ਜਿਹੜਾ ਲਾਸਟ ਪਾਰਟ ਇਹ ਕੰਮ ਕਰਦਾ ਐਂਡੋਕ੍ਰਾਈਨ ਦਾ ਕੰਮ ਕਰਦਾ एक्सोक्राइन एंड एंडोक्राइनस की डिफरेंस है सब तो पहला जेडे एसिनर सेल ने एहे कंप्लीट डाइजेस्टिव जूस पैदा कर देने बेटा जी की पैदा कर देने कंप्लीट डाइजेस्टिव जूस पैदा होता है कादे विच एक्सोक्राइन ਪਾਰਟ ਜਿਹੜਾ ਹੈਗਾ ਪੈਂਕ੍ਰੀਟਿਕ ਦਾ ਇਹ ਕੰਪਲੀਟ ਜੂਸ ਪੈਦਾ ਕਰਦਾ ਹੈ ਬੇਟਾ ਜੀ ਠੀਕ ਹੈ ਨਾ ਕੰਪਲੀਟ ਡਾਈਜੈਸਟਿਵ ਜੂਸ ਆਰ ਪ੍ਰੋਡਿਊਸ ਇਨ ਦਾ ਐਕਸੋਕ੍ਰਾਈਨ ਪਾਰਟ ਐਕਸੋਕ੍ਰਾਈਨ ਪਾਰਟ ਦੇ ਵਿੱਚ ਪ੍ਰੋਡਿਊਸ ਹੋਏਗਾ ਐਸੀਨਰ ਸੈੱਲ ਨੇ ਜਿਹੜੀਆਂ ਉਹ ਕਾਚ ਲੈ ਜਾਣਗੀਆਂ ਫਿਰ ਮੇਨ ਡੈਕਟ ਦੇ ਵਿੱਚ ਲੈ ਜਾਣਗੀਆਂ ਠੀਕ ਹੈ ਨਾ ਕਾਚ ਲੈ ਜਾਣਗੀਆਂ ਇਹਨੂੰ ਬੋਲਦੇ ਆ ਮੇਨ ਪੈਂਕ੍ਰੀਟਿਕ ਡੈਕਟ ਦੇ ਵਿੱਚ ਲੈ ਜਾਣਗੀਆਂ ਠੀਕ ਹੈ ਨਾ ਹੁਣ ਕਿਹੜੇ ਕਿਹੜਾ ਪਾਰਟ ਜਿਹੜਾ ਹੈਗਾ ਇਹ ਪ੍ਰੋਡਿਊਸ ਕਰਦੀ ਹੈ ਐਕਸੋਕ੍ਰਾਈਨ ਪਾਰਟ ਦੇ ਵਿੱਚ ਕੀ ਕੀੜੀ ਕਿੜੀ ਚੀਜ਼ ਜਿਹੜੀ ਹੈਗੀ ਇਹੋ ਪ੍ਰੋਡਿਊਸ ਹੁੰਦੀ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਕੰਪਲੀਟ ਡਾਈਜੈਸਟਿਵ ਜੂਸ ਕੰਪਲੀਟ ਡਾਈਜੈਸਟਿਵ ਜੂਸ ਇਹਦੇ ਵਿੱਚ ਪੈਦਾ ਹੁੰਦੇ ਨੇ ਠੀਕ ਹੈ ਨਾ ਕਿਹੜੇ ਕਿਹੜੇ ਜੂਸ ਹੈ ਨੰਬਰ 1 ਬਾਈਕਾਰਬੋਨੇਟ ਬਾਈ ਕਾਰਬੋਨੇਟਸ ਜਿਹੜੀ ਨੂੰ ਪ੍ਰੋਡਿਊਸ ਹੁੰਦੇ ਨੇ ਕਿਉਂਕਿ ਜਿਹੜਾ ਸਟਮਕ ਦੇ ਵਿੱਚੋਂ ਆਇਆ ਗਿਆ ਬੇਟਾ ਜੀ ਕਾਈਮ ਹੈ ਸਟਮਕ ਤੋਂ ਕੀ ਆਇਆ ਹੈ ਇੱਥੇ ਸਵਿੰਗਟਰ ਲੱਗੇ ਹੋਏ ਹੈ ਹਨਾ ਡਿਉਟੀ ਨਮ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਕੀ ਚੀਜ਼ ਆ ਰਹੀ ਹੈ ਕਾਈਮ ਐਂਟਰ ਹੋ ਰਿਹਾ ਹੈ ਕਾਈਮ ਦੇ ਕੀ ਹੈ ਕਿਉਂਕਿ ਐਚसीएल ਪ੍ਰੈਸੈਂਟ ਹੈ ਸਟਮਕ ਦੇ ਵਿੱਚ ਕਾਈਮ ਦੀ ਨੇਚਰ ਕੀ ਹੈ ਐਸਿਡਿਕ ਕਿਨ ਨੇਚਰ ਹੈ ਕਿਹੜੀ ਨੇਚਰ ਹੈ ਬੇਟਾ ਜੀ ਐਸਿਡਿਕ ਕਿਨ ਨੇਚਰ ਹੈ ਠੀਕ ਹੈ ਨਾ ਐਸਿਡਿਕ ਨੇਚਰ ਹੋਣ ਕਰਕੇ ਕਾਇਮ ਨੂੰ ਕੀ ਕਰਨਾ ਪਏਗਾ న్యూਟ੍ਰਲਾਈਜ਼ ਕਰਨਾ ਪਏਗਾ ਐਲਕੈਲਾਈਨ ਬਣਾਉਣਾ ਪਏਗਾ ਇਸੇ ਕਰਕੇ ਪੈਂਕ੍ਰੈਟਿਕ ਦੇ ਜਿਹੜੇ ਐਨਜ਼ਾਈਮ ਦੇ ਵਿੱਚ ਸਭ ਤੋਂ ਪਹਿਲਾਂ ਬਾਈਕਾਰਬੋਨੇਟ ਹੈਗੇ ਹੈ ਬਾਈਕਾਰਬੋਨੇਟ ਕੀ ਕਰਦਾ ਪਹਿਲਾਂ ਬੇਟਾ ਜੀ ਇਹਨੂੰ ਐਲਕੈਲਾਈਨ ਬਣਾਉਂਦਾ ਹੈ ਕੀ ਬਣਾਉਂਦਾ ਹੈ ਬੇਟਾ ਜੀ ਐਲਕੇਲਾਈਨ ਬਣਾਉਂਦਾ ਹੈ ਠੀਕ ਹੈ ਨਾ ਨੰਬਰ 2 ਤੇ ਕੀ ਪੈਦਾ ਹੁੰਦਾ ਹੈ ਪ੍ਰੋ ਕਾਰਬੋਕਸੀ ਪੈਪਟਾਈਡੇਸ ਪ੍ਰੋਕਾਰਬੋਕਸੀ ਪੈਪਟਾਈਡੇਸ ਮਤਲਬ ਪ੍ਰੋਟੀਨ ਨੂੰ ਡਾਈਜੈਸਟ ਕਰਨ ਵਾਲੇ ਫੈਟ ਨੂੰ ਡਾਈਜੈਸਟ ਕਰਨ ਵਾਲੇ ਕਾਰਬੋਹਾਈਡਰੇਟ ਨੂੰ ਡਾਈਜੈਸਟ ਕਰਨ ਵਾਲੇ ਆਲ ਐਂਜ਼ਾਈਮਸ ਆਰ ਪ੍ਰੈਜ਼ੈਂਟ ਇਨ ਪੈਂਕ੍ਰੀਟਿਕ ਜੂਸ ਠੀਕ ਹੈ ਨਾ ਪ੍ਰੋਕਾਰਬੋਕਸੀ ਪੈਪਟਾਈਡੇਸ ਕਿਮੋ ਟ੍ਰਿਪਸਿਨੋਜਨ ਨੰਬਰ 4 ਟ੍ਰਿਪਸਿਨੋਜਨ ਨੰਬਰ 5 ਪੈਂਕ੍ਰੀਆਟਿਕ ਅਮਾਈਲੇਸ ਨੰਬਰ 6 ਪੈਂਕ੍ਰੀਆਟਿਕ ਲਾਈਪੇਸ ਨੰਬਰ 7 ਡੀ ਐਨ ਏਜ਼ ਨੰਬਰ 8 ਆਰ ਐਨ ਏਜ਼ ਨੰਬਰ 8 ਆਰ ਐਨ ਏਜ਼ ਇਹ ਦੀਸ ਐਂਜ਼ਾਈਮਸ ਆਰ ਪ੍ਰੈਜ਼ెంట్ ਇਨ ਦਾ ਪੈਂਕ੍ਰੀਆਟਿਕ ਜੂਸ ਪੈਂਕ੍ਰੀਆਟਿਕ ਜੂਸ ਦੇ ਵਿੱਚ ਬੇਟਾ ਜੀ ਇਹ ਕੀ ਹੋਣਗੇ ਸਾਰੇ ਦੇ ਸਾਰੇ ਐਨਜ਼ਾਈਮ ਪ੍ਰੈਜ਼ੈਂਟ ਹੋਣਗੇ ਵਿਚ ਹੈਲਪ ਇਨ ਕੰਪਲੀਟ ਡਾਈਜੈਸ਼ਨ ਆਫ ਫੂਡ ਜਿਹੜੇ ਫੂਡ ਦੀ ਕੰਪਲੀਟ ਡਾਈਜੈਸ਼ਨ ਦੇ ਵਿੱਚ ਕੀ ਕਰਨਗੇ ਹੈਲਪ ਕਰਨਗੇ ਕਾਦੇ ਵਿੱਚ ਇੰਟਸਟਾਈਨ ਦੇ ਵਿੱਚ ਸਮਾਲ ਇੰਟਸਟਾਈਨ ਦੇ ਵਿੱਚ ਇਹ ਪ੍ਰੈਜ਼ੈਂਟ ਹੁੰਦੇ ਨੇ ਇਹ ਵਰਕ ਫੇਰੀ ਕਰਨਗੇ ਇਫ ਕਾਇਮ ਬਿਲ ਵੀ ਨਿਊਟਰਲਾਈਜ਼ ਇਫ ਕਾਇਮ ਬਿਲ ਵੀ ਐਲਕੇਲਾਈਨ ਇਨ ਨੇਚਰ ਜੇ ਕਾਇਮ ਦੀ ਕੀ ਹੋਏਗੀ ਐਲਕੇਲਾਈਨ ਨੇਚਰ ਹੋਏਗੀ ਦੈਨ ਆਲ ਐਨਜ਼ਾਈਮ ਬਿਲ ਵਰਕ ਪ੍ਰੋਪਰਲੀ ਐਂਡ ਫੂਡ ਬਿਲ ਵੀ ਕੰਪਲੀਟਲੀ ਡਾਈਜੈਸਟ ਤਾਂ ਫੂਡ ਕੀ ਹੋਏਗਾ ਕੰਪਲੀਟਲੀ ਡਾਈਜੈਸਟ ਹੋ ਗਿਆ ਠੀਕ ਹੈ ਨਾ ਇਹ ਸੀਗਾ ਥਿਸ ਇਜ਼ ਏ ਮੇਨ ਫੰਕਸ਼ਨ ਆਫ ਦਾ ਐਕਸੋਕ੍ਰਾਈਨ ਠੀਕ ਹੈ ਨਾ ਜਿਹੜਾ ਐਕਸੋਕ੍ਰਾਈਨ ਪਾਰਟ ਹੈਗਾ ਉਹਦਾ ਹੀ ਮੇਨ ਫੰਕਸ਼ਨ ਹੈਗਾ ਠੀਕ ਹੈ ਨਾ ਸਿੰਦੇ ਦਾ ਸਿੰਦਾ ਜਿਹੜਾ ਸਾਰਾ ਪੈਂਕ੍ਰੈਟਿਕ ਜੂਸ ਹੈ ਉਹ ਕਾਦੇ ਵਿੱਚ ਹੁੰਦਾ ਬੇਟਾ ਜੀ ਇਹ ਕਾਦੇ ਵਿੱਚ ਹੁੰਦਾ ਹੈਪੈਟੋ ਪੈਂਕ੍ਰੈਟਿਕ ਡਕਟ ਦੇ ਵਿੱਚ ਹੁੰਦਾ ਕਾਦੇ ਵਿੱਚ ਹੈਪੈਟੋ ਪੈਂਕ੍ਰੈਟਿਕ ਡਕਟ ਕਾਦੇ ਵਿੱਚ ਹੁੰਦਾ ਬੇਟਾ ਜੀ ਹੈਪੈਟੋ ਪੈਂਕ੍ਰੈਟਿਕ ਡਕਟ ਦੇ ਵਿੱਚ ਇਹ ਪ੍ਰੈਜ਼ੈਂਟ ਹੁੰਦਾ ਠੀਕ ਹੈ ਨਾ ਇਸ ਤੋਂ ਬਾਅਦ ਸਪਿੰਗਟਰ ਆਫ ਆਡਾਈ ਦੇ ਥਰੂ ਸਪਿੰਗਟਰ ਆਫ ਆਡਾਈ ਦੇ ਥਰੂ ਕਾ ਚਲਾ ਜਾਂਦਾ ਹੈ ਡਿਉਡੀਨਮ ਦੇ ਵਿੱਚ ਚਲਾ ਜਾਂਦਾ ਹੈ ਇਹ ਕੀ ਹੈ ਬੇਟਾ ਜੀ ਡਿਊਡਿਨਮੈਂ ਠੀਕ ਹੈ ਨਾ ਡਿਊਡਿਨਮ ਦੇ ਵਿੱਚ ਇਹ ਚਲਾ ਜਾਂਦਾ ਠੀਕ ਹੈ ਨਾ ਕਲੀਅਰ ਸੋ ਸੈਕੰਡ ਜਿਹੜਾ ਲਾਸਟ ਪਾਰਟ ਬਚ ਗਿਆ ਇਹਦੇ ਗਰੁੱਪ ਆਫ ਸੈਲਸ ਆਰ ਪ੍ਰੈਜ਼ੈਂਟ ਹੁੰਦੇ ਨੇ ਠੀਕ ਹੈ ਨਾ ਇੱਥੇ ਜਿਹੜੇ ਦੇਖੀ ਅਸੀਂ ਕਾਫੀ ਜ਼ਿਆਦਾ ਗਰੁੱਪਸ ਆਫ ਸੈਲ ਪ੍ਰੈਜ਼ੈਂਟ ਹੁੰਦੇ ਨੇ ਗਰੁੱਪ ਆਫ ਸੈਲਸ ਬਸ ਤਾਂ ਸਾਰੀ ਪੈਂਕਰੀ ਦੇ ਵਿੱਚ ਵੀ ਹੁੰਦੇ ਨੇ ਬਟ ਟੇਲ ਵਾਲੇ ਪਾਸੇ ਜ਼ਿਆਦਾ ਦੇਖਣ ਨੂੰ ਮਿਲਦੇ ਨੇ ਗਰੁੱਪ ਆਫ ਸੈਲਸ ਇਹ ਗਰੁੱਪ ਆਫ ਸੈਲਸ ਨੂੰ ਕੀ ਕਹਿੰਦੇ ਆ ਅਸੀਂ ਆਈਲੈਟਸ ਆਫ ਲੈਂਗਰ ਹੈਂਸ आइलेट्स ऑफ लैंगरहैंस आइलेट्स ऑफ लैंगरहैंस बोलदे हां क्योंकि इन्नू बोलदे ग्रुप ऑफ सेल्स की बोलदे बेटा जी ठीक है ना ग्रुप ऑफ सेल्स एक ही सेल दा एक की है ग्रुप है बहुत काफी काफी गुच्छे जे हैगने बंच ऑफ सेल कह सकदे हां ठीक है ना या ग्रुप ऑफ सेल भी कह सकदे हां ठीक है ना ये की करते है ये टू टाइप्स ਇਹਦੇ ਵਿੱਚ ਸੈਲਸ ਪ੍ਰੈਜ਼ੈਂਟ ਹੁੰਦੇ ਨੇ ਬੈਸੇ 3 ਦੀ 3 ਟਾਈਪਸ ਦੇ ਹੁੰਦੇ ਆ ਪਰ 2 ਦੇ ਮੇਨ ਇੰਪੋਰਟੈਂਟ ਫੰਕਸ਼ਨ ਹੈਗੇ ਇੱਕ α ਸੈਲ ਐਂਡ β ਸੈਲ ਠੀਕ ਹੈ ਨਾ ਇੱਕ ਇਹਦੇ ਵਿੱਚ ਆਇਲੈਟਸ ਆਫ ਲੈਂਗਰਹਸ ਦੇ ਵਿੱਚ ਦੋ ਤਰ੍ਹਾਂ ਦੇ ਸੈਲ ਪ੍ਰੈਜ਼ੈਂਟ ਹੁੰਦੇ ਆ ਇੱਕ α ਸੈਲ ਇੱਕ β ਸੈਲ ਬੈਸੇ 3 ਹੁੰਦੇ ਆ ਬੈਸੇ ਅਪ ਟੂ 10th ਕਲਾਸ ਤੱਕ ਯੂ ਕੈਨ ਲਰਨ ਓਨਲੀ 2 ਟਾਈਪ ਲਰਨ ਕਰ ਸਕਦੇ ਆ ਠੀਕ ਹੈ ਨਾ ਬੱਚੇ α ਸੈਲ ਕੀ ਕਰਦੇ ਆ ਬੇਟਾ ਜੀ ਠੀਕ ਹੈ ਨਾ ਗਲੂਕੇਗੋਨ ਕੀ ਪੈਦਾ ਕਰਦੇ ਨੇ ਗਲੂਕੇਗੋਨ ਬੀਟਾ ਸੈੱਲ ਕੀ ਪੈਦਾ ਕਰਦੇ ਨੇ ਇਨਸੂਲਿਨ ਕੀ ਪਤਾ ਕਰਦੇ ਬੇਟਾ ਜੀ ਇਨਸੂਲਿਨ ਪ੍ਰੋਡਿਊਸ ਕਰਦੇ ਨੇ ਠੀਕ ਹੈ ਨਾ ਹੁਣ ਫੰਕਸ਼ਨ ਕੀ ਹੈ ਇਹਦਾ ਇਫ देयर इज ए ਹਾਈ ਲੈਵਲ ਆਫ ਗਲੂਕੋਸ ਇਨ ਦਾ ਬਲੱਡ ਤਾਂ ਬਲੱਡ ਦੇ ਵਿੱਚ ਕੀ ਹੋ ਗਿਆ ਜੇ ਗਲੂਕੋਸ ਦੀ ਗਲੂਕੋਸ ਦਾ ਲੈਵਲ ਹਾਈ ਹੋ ਗਿਆ ਠੀਕ ਹੈ ਨਾ ਤਾਂ ਕੀ ਹੋਏਗਾ ਠੀਕ ਹੈ ਨਾ ਗਲਾਈਕੋਜਨ ਕਾਜ ਕਨਵਰਟ ਹੋ ਜਾਏਗਾ ਗਲਾਈਕੋਜਨ ਦੇ ਵਿੱਚ ਕਨਵਰਟ ਹੋ ਜਾਏਗਾ ਠੀਕ ਹੈ ਨਾ ਇਹ ਚੱਲਦਾ ਰਹਿੰਦਾ ਹੈ ਠੀਕ ਹੈ ਨਾ ਇਫ ਲੈਵਲ ਆਫ ਦਾ ਗਲੂਕੋਜ਼ ਇਨਕਰੀਸ ਇਨ ਦਾ ਬਲੱਡ ਇਫ ਲੈਵਲ ਆਫ ਦਾ ਗਲੂਕੋਜ਼ ਇਨਕਰੀਸ ਇਨ ਬਲੱਡ ਥੈਨ ਇਨਸੂਲਿਨ ਇਨਸੂਲਿਨ ਕਨਵਰਟ ਇਨਟੂ ਗਲਾਈਕੋਜਨ ਇਨਸੂਲਿਨ ਕਾਜ ਕਨਵਰਟ ਕਰ ਦੇਗੀ ਬੇਟਾ ਜੀ ਗਲਾਈਕੋਜਨ ਦੇ ਵਿੱਚ ਕਨਵਰਟ ਕਰ ਦੇਗੀ ਇਫ ਲੈਵਲ ਆਫ ਦਾ ग्लूकोज इज डिक्रीज इन द ब्लड दैन वट विल हैपन दैन ग्लूकागोन केड़ी बटा सी ग्लूकेगोन ग्लूकेगोन विल कन्वर्ट ग्लाइकोजन इन टू ग्लूकोज दैन इट विल इनक्रीज द ग्लूकोज लैवल इन द बलड ठीक है ना यही अल्टरनेट काम करते रहते हैं इट मीनस की है इंसुलिन की है शूगर का लैवल है जो की करती है डिक्रीज करती है because glucose convert into glycogen theek hai na otherwise decrease ho gaya blood de vich glucose da level kat gaya then glycogen will be convert into glucose eh kaam kaun karda hai glucagon kardi hai kaun kardi hai glucagon jehdi eh kaam isse karke wo da function jehda hai ga wo alternate kaam karde theek hai na matlab ki deficiency of jab dekha jave theek hai na deficiency of ਇنسੁਲਿਨ ਦੀ ਡੈਫੀਸ਼ੈਂਸੀ ਦੇ ਨਾਲ ਇਹ ਕਿਹੜਾ ਰੋਗ ਹੋ ਜਾਂਦਾ ਹੈ ਠੀਕ ਹੈ ਨਾ ਡਾਇਬੀਟਿਸ ਹੋ ਜਾਂਦਾ ਹੈ ਡਾਇਪੀਡਿਸ ਠੀਕ ਹੈ ਨਾ ਮੈਲਿਟਸ ਡਾਇਬੀਟਿਸ ਮੈਲਿਟਸ ਦੀ ਡਿਸੀਜ਼ ਜਿਹੜਾ ਉਹ ਜਿਹਦੀ ਹੈਲਪ ਦੇ ਨਾਲ ਮਤਲਬ ਜੇ ਇنسੁਲਿਨ ਦੀ ਡੈਫੀਸ਼ੈਂਸੀ ਦੇ ਨਾਲ ਹੋ ਜਾਂਦਾ ਹੈ ਠੀਕ ਹੈ ਨਾ ਸੋ ਇਹ ਸੀਗਾ ਬੇਟਾ ਜੀ ਇੰਪੋਰਟੈਂਟ ਫੰਕਸ਼ਨ ਆਫ ਪੈਂਕਰੀਸ ਕਾਦੀ ਸੀਗੇ ਬੇਟਾ ਜੀ ਇੰਪੋਰਟੈਂਟ ਫੰਕਸ਼ਨ ਆਫ ਪੈਂਕਰੀਸ ਪਹਿਲਾਂ ਤਾਂ ਇਹਦੀ ਲੋਕੇਸ਼ਨ ਫਿਜ਼ੀਕਲ ਇੰਪੋਰਟੈਂਟ ਕੁਝ ਪੁਆਇੰਟ ਪਤਾ ਹੋਣੇ ਚਾਹੀਦੇ ਹਨਾ ਕੀ ਕੀ ਇਟ ਜੇ ਸੌਫਟ ਕਈ ਬੁਕਸ ਦੇ ਵਿੱਚ ਗਰੇਸ ਪਿੰਕਸ਼ ਕਲਰ ਲਿਖਿਆ ਹੋਇਆ ਹੋਵੇਗਾ ਉਹ ਵੀ ਸਹੀ ਹੈ ਹਨਾ ਇਟ ਇਸ ਲੈਂਥ ਕਿੰਨੀ ਹੈ 12 ਟੂ 15 ਸੈਂਟੀਮੀਟਰ ਹੈ ਲੌਂਗ ਹੁੰਦੀ ਹੈ ਵਾਈਡ ਕਿੰਨੀ ਹੈ 2.5 ਸੈਂਟੀਮੀਟਰ ਹੈ ਵਾਈਡ ਚੌੜੀ ਹੈ ਮਤਲਬ ਜੇ ਦੀ ਬਾਡੀ ਡਿਵਾਈਡ ਹੁੰਦੀ ਹੈ ਹੈਡ ਬਾਡੀ ਐਂਡ ਟੇਲ ਦੇ ਵਿੱਚ ਠੀਕ ਹੈ ਨਾ ਇਹਦੀ ਸੀ ਸ਼ੇਪ ਡਿਓਨਮ ਦੇ ਵਿੱਚ ਇਹ ਲੋਕੇਟਡ ਹੁੰਦੀ ਹੈ ਪ੍ਰੈਜ਼ੈਂਟ ਹੁੰਦੀ ਹੈ ਠੀਕ ਹੈ ਨਾ ਬਿਲੋ தி ਸਟਮਕਾ ਸਟਮਕਾ ਗਿਆ ਸਟਮਕ ਦੇ ਨੀਚੇ ਇਹ ਪ੍ਰੈਜ਼ੈਂਟ ਹੁੰਦੀ ਹੈ ਠੀਕ ਹੈ ਨਾ ਤੇ ਉਸ ਤੋਂ ਬਾਅਦ ਐਕਸਟੈਂਡ ਅਪ ਟੂ ਸਪਲੀਨ ਇਹ ਇੱਥੋਂ ਲਾ ਕੇ ਡਿਉਟੀਨਮ ਤੋਂ ਲਾ ਕੇ ਕਿੱਥੇ ਤੱਕ ਫੈਲੀ ਹੁੰਦੀ ਹੈ ਬੇਟਾ ਜੀ ਸਪਲੀਨ ਤੱਕ ਫੈਲੀ ਹੁੰਦੀ ਹੈ ਠੀਕ ਹੈ ਨਾ ਆਫਟਰ 댓 ਇਟ ਹੈਜ਼ ਟੂ ਟਾਈਪ ਆਫ ਸੈਲਸ ਦੋ ਤਰ੍ਹਾਂ ਦੇ ਵਿੱਚ ਕੀ ਹੁੰਦੇ ਨੇ ਸੈੱਲ ਹੁੰਦੇ ਨੇ ਇਸੇ ਕਰਕੇ ਇਹ ਦੋਨਾਂ ਦਾ ਕੰਮ ਕਰਦੀ ਹੈ ਮਤਲਬ ਐਕਸੋਕ੍ਰਾਈਨ ਐਜ਼ ਵੈਲ ਐਜ਼ ਐਂਡੋਕ੍ਰਾਈਨ ਐਕਸੋਕ੍ਰਾਈਨ ਦਾ ਕੰਮ ਕੀ ਹੁੰਦਾ ਹੈ ਐਕਸੋਕ੍ਰਾਈਨ ਮੇਨ ਇੰਪੋਰਟੈਂਟ ਕੰਪਲੀਟ ਡਾਈਜੈਸਟਿਵ ਜੂਸ ਪ੍ਰੋਡਿਊਸ ਕਰਦੀ ਹੈ ਕਿ ਪ੍ਰੋਡਿਊਸ ਕਰਦੀ ਹੈ ਬੇਟਾ ਜੀ ਕੰਪਲੀਟ ਡਾਈਜੈਸਟਿਵ ਜੂਸ ਸਹੀ ਕੀ ਕਰਦੀ ਹੈ ਪ੍ਰੋਡਿਊਸ ਕਰਦੀ ਹੈ ਕਿਹੜੇ ਕਿਹੜੇ ਜੂਸ ਹੁੰਦੇ ਨੇ ਬਾਈਕਾਰਬੋਨੇਟ ਪ੍ਰੋਕਾਰਬੋਕਸੀਪੈਪਟਾਈਡੇਸ ਇਮੋਟ੍ਰਿਪਸਿਨੋਜਨ ਟ੍ਰਿਪਸਿਨੋਜਨ ਪੈਂਕ੍ਰੈਟਿਕ ਅਮਾਈਲੇਸ ਪੈਂਕ੍ਰੈਟਿਕ ਲਾਈਪੇਸ ਡੀਐਨਏਸ आरएनएस ठीक है ना एक कंप्लीट फूड दी की करदने बेटा जी डाइजेशन करदने ठीक है ना एंडोक्राइन ਜਿਹੜਾ ਪਾਰਟ ਹੈ ਉਹਦੇ ਵਿੱਚ ਕੀ ਹੈ ਬੰਚ ਆਫ ਸੈਲਸ ਮਿਲਦੇ ਨੇ ਸੈਲਾਂ ਦੇ ਗੁੱਛੇ ਹੁੰਦੇ ਨੇ ਜਿਹਨੂੰ ਅਸੀਂ ਆਇਲੈਟਸ ਆਫ ਲੈਂਗਰਹਾਂਸ ਬੋਲਦੇ ਹਾਂ ਠੀਕ ਹੈ ਨਾ ਇਹ ਕੀ ਕੰਮ ਕਰਦੇ ਆ ਇਹ ਸਾਰੇ ਦੇ ਸਾਰੇ ਜਿਹੜੇ ਬੰਚ ਆਫ ਸੈਲ ਹੈਗੇ ਆ ਇਹ ਕੀ ਕਰਦਨੇ ਇਹ ਇਹਨਾਂ ਦੇ ਵਿੱਚ ਸੈਲ ਇਨ ਗਰੁੱਪ ਆਫ ਸੈਲ ਦੇ ਵਿੱਚ ਸੈਲ ਪ੍ਰੈਜ਼ెంట్ ਹੁੰਦੇ ਨੇ α ਸੈਲ β ਸੈਲ ਹੋਰ ਸੈਲ ਵੀ ਹੁੰਦੇ ਨੇ ਉਹ ਫਾਇਰ ਕਲਾਸ ਦੇ ਲਈ ਹੈ ਥੋੜਾ ਜਿਹਾ ਅਪ ਟੂ 10th ਕਲਾਸ ਤੱਕ ਡੀਪਲੀ ਸਟੱਡੀ ਸੀਬੀਐਸਸੀ ਤੇ ਆਈਐਸਸੀ ਆਈਐਸਸੀ ਤੇ ਧਿਕ ਲਈ ਤਾਂ ਇਹ ਥੋੜਾ ਜਿਹਾ ਇੰਪੋਰਟੈਂਟ ਹੈ ਆਈਸੀਐਸਸੀ ਦੇ ਲਈ ਠੀਕ ਹੈ ਨਾ α ਸੈੱਲ ਤੇ β ਸੈੱਲ ਠੀਕ ਹੈ ਨਾ ਇਫ ਲੈਵਲ ਆਫ ਦਾ ਗਲੂਕੋਸ ਇਜ਼ ਡਿਕਰੀਸ ਇਨ ਦਾ ਬਲੱਡ ਬਲੱਡ ਦੇ ਵਿੱਚ ਗਲੂਕੋਜ਼ ਦਾ ਲੈਵਲ ਕੀ ਹੋ ਗਿਆ ਇਨਕਰੀਸ ਹੋ ਗਿਆ ਵੱਧ ਗਿਆ ਤਾਂ ਕੀ ਹੋਏਗਾ ਇਨਸੂਲਿਨ convert into glucose convert into glycogen insulin ki degree glucose nu glycogen de vich convert kar degi if level of the sugar or glucose is decrease kat gaya ਗਲੂਕੋਜ਼ ਦਾ ਲੈਵਲ ਕੀ ਹੋ ਗਿਆ ਘਟ ਗਿਆ देन ਵਟ ਵਿਲ ਹੈਪਨ ਗਲਾਈਕੋਜਨ ਕਨਵਰਟ ਇਨਟੂ ਗਲੂਕੋਜ਼ ਇਹ ਕੰਮ ਕੌਣ ਕਰਦਾ ਹੈ ਗਲੂਕੇਗੋਨ ਇਹ ਕੰਮ ਕਰਦੀ ਹੈ ਠੀਕ ਹੈ ਨਾ ਇਨਸੂਲਿਨ ਦੀ ਡੈਫੀਸ਼ੀਐਂਸੀ ਦੇ ਨਾਲ ਇੱਕ ਡਿਸੀਜ਼ ਹੋ ਜਾਂਦਾ ਹੈ ਜਿਹਦਾ ਨਾਮ ਹੈਗਾ ਡਾਇਬੀਟਿਸ ਮੈਲਿਟਸ ਜਿਹਨੂੰ ਅਸੀਂ 슈ਗਰ ਦੀ ਬਿਮਾਰੀ ਬੋਲਦੇ ਹਾਂ ਠੀਕ ਹੈ ਨਾ ਸੋ ਆਈ ਹੋਪ ਕਿ ਤੁਹਾਨੂੰ ਇਹ ਲੈਕਚਰ ਬੇਟਾ ਜੀ ਸਮਝ ਲੱਗਿਆ ਹੋਵੇਗਾ ਠੀਕ ਹੈ ਇਹ ਤੁਹਾਨੂੰ ਜਿੰਨੇ ਪਰਸੈਂਟ ਸਮਝ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਐਨੇ ਇੱਕ ਪਰਸੈਂਟ ਸਾਨੂੰ ਸਮਝ ਲੱਗਿਆ ਤੇ ਨੋਟਸ ਬਣਾਇਆ ਕਰੋ ਥੈਂਕਸ ਹੈਵ ਅ ਨਾਈਸ ਡੇ